ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਵਾਲੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਕੇਂਦਰ ਸਰਕਾਰ ਤੋਂ ਗੈਸ ਸਿਲੰਡਰ ਬਰਤਨ ਵਾਲਿਆਂ ਲਈ ਆ ਗਈ ਵੱਡੀ ਖਬਰ ਹੋ ਗਿਆ ਇਹ ਐਲਾਨ ਲੋਕਾਂ ਵਿੱਚ ਸ਼ਾਈ ਖੁਸ਼ੀ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਓ ਪੂਰੀ ਖਬਰ ਦਾ ਪ੍ਰੋਪਰ ਪਤਾ ਲੱਗ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਜੀ ਕੇਂਦਰ ਸਰਕਾਰ ਤੋਂ ਗੈਸ ਸਿਲੰਡਰ ਬਰਤਨ ਵਾਲਿਆਂ ਲਈ ਆ ਗਈ ਹੈ ਵੱਡੀ ਖਬਰ ਦਾ ਐਲਾਨ ਹੋ ਗਿਆ ਜਿਸ ਦੇ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਤੇ ਕੇਂਦਰੀ ਕੁਦਰਤੀ ਗੈਸ ਅਤੇ ਪੈਟਰੋਲੀਅਮ ਮੰਤਰਾਲੇ ਦੇ ਵੱਲੋਂ ਦੇਸ਼ ਭਰ ਦੇ ਵਿੱਚ ਰਸੋਈ ਗੈਸ ਖਪਤ ਕਰਨ ਦੇ ਲਈ ਇੱਕ ਵੱਡੀ ਰਾਹਤ ਦਿੰਦੇ ਹੋਏ ਐਲਾਨ ਕੀਤਾ ਗਿਆ ਹੈ ਜਿੱਥੇ ਪਹਿਲਾਂ ਲੋਕਾਂ ਨੂੰ ਗੈਸ ਸਿਲੰਡਰ ਕਰਵਾਉਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ ਤੇ ਹੁਣ ਖਪਤ ਕਰਨ ਦੀ ਹੁਣ ਮੁਸ਼ਕਲ ਨੂੰ ਹੱਲ ਕਰ ਦਿੱਤਾ ਗਿਆ ਹੈ ਤੇ ਹੁਣ ਗੈਸ ਸਿਲੰਡਰ ਭਾਵੇਂ ਕਿਸੇ ਵੀ ਏਜੰਸੀ ਦੇ ਨਾਲ ਸੁਵੰਨਤ ਹੋਵੇ ਤੇ ਖਪਤਕਾਰ ਹੁਣ ਖਾਲੀ ਗੈਸ ਸਿਲੰਡਰ ਆਪਣੀ ਮਰਜ਼ੀ ਦੇ ਅਨੁਸਾਰ ਕਿਸੇ ਵੀ ਗੈਸ ਏਜੰਸੀ ਤੋਂ ਪਰਵਾਹ ਸਕਦੇ ਹਨ ਤੇ ਇਸ ਐਲਾਨ ਦੇ ਨਾਲ ਹਿਰਾਫੇਰੀ ਦੇ ਮਾਮਲੇ ਨੂੰ ਵੀ ਠੱਲ ਪਵੇਗੀ ਤੇ ਇੰਡੀਅਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਸਚਿਤ ਸ਼ਰਮਾ ਨੇ ਦੱਸਿਆ ਹੈ ਕਿ ਇਸ ਯੋਜਨਾ ਦੇ ਨਾਲ ਖਪਤਕਾਰਾਂ ਨੂੰ ਗੈਸ ਸਿਲੰਡਰ ਕਿਸੇ ਵੀ ਏਜੰਸੀ ਤੋਂ ਪਰਵਾਉਣ ਦੇ ਵਿੱਚ ਆਸਾਨੀ ਹੋ ਗਈ ਹੈ ਤੇ ਸਰਕਾਰ ਦੇ ਵੱਲੋਂ ਕੀਤਾ ਗਿਆ ਇਹ ਐਲਾਨ ਖਪਤਕਾਰਾਂ ਦੇ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਦੇ ਦੁਰਾਨ ਕੇ ਨ ਸਰਕਾਰ ਤੇ ਤੇਲ ਕੰਪਨੀ ਦੇ ਅਧਿਕਾਰੀ ਉਕਤ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੇ ਹਨ ਤੇ ਅਜੇ ਵਿੱਚ ਯੋਜਨਾ ਪਾਈਪਲਾਈਨ ਵਿੱਚ ਹੁਣ ਤੋਂ ਬਾਅਦ ਉਚਿਤ ਫੈਸਲਾ ਲੈਂਦੇ ਹੋਏ ਜ਼ਮੀਨੀ ਪੱਧਰ ਤੇ ਉਤਾਰ ਦਿੱਤੀ ਜਾਵੇਗੀ ਤੇ ਗੈਸ ਜਨਸੰਗਾਂ ਵਿੱਚ ਵੱਡਾ ਮੁਕਾਬਲਾ ਸ਼ੁਰੂ ਹੋ ਜਾਵੇਗਾ ਤੇ ਉੱਥੇ ਹੀ ਖਾਪਤਕਾਰਾਂ ਨੂੰ ਸਭ ਕੰਪਨੀਆਂ ਵੱਲੋਂ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ